ਦਰਿਆ ਦੇ ਪਾਣੀ ਦੇ ਵਿੱਚ ਡੁੱਬਣ ਕਰਕੇ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਦੋਵੇਂ ਜਾਣੇ ਇੱਥੇ ਨਹਾਉਣ ਆਏ ਸੀ। ਅੱਤ ਦੀ ਗਰਮੀ ਦੇ ਚੱਲਦੇ ਇਹ ਬੱਚੇ ਇੱਥੇ ਆ ਗਏ। ਅਕਸਰ ਹੀ ਘਰੋਂ ਬਿਨਾਂ ਦੱਸੇ ਬੱਚੇ ਇੱਥੇ ਆ ਜਾਂਦੇ ਨੇ, ਖਾਸ ਕਰਕੇ ਸਕੂਲ ਦੇ ਬੱਚੇ। ਤਾਂ ਉਹ ਨਹਾਉਣ ਲੱਗ ਜਾਂਦੇ ਨੇ, ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਈ ਵਾਰ ਉਹ ਰੁੜ ਜਾਂਦੇ ਨੇ। ਅਜਿਹਾ ਹੀ ਅੱਜ ਹੋਇਆ, ਇੱਕ ਬੱਚਾ ਨਹਾ ਰਿਹਾ ਸੀ ਤਾਂ ਜਦੋਂ ਉਹ ਡੁੱਬਣ ਲੱਗਾ ਤਾਂ ਦੂਸਰਾ ਉਸਨੂੰ ਬਚਾਉਣ ਦੇ ਲਈ ਦਰਿਆ ਦੇ ਵਿੱਚ ਵੜ ਗਿਆ। ਦੋਵੇਂ ਜਾਣੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ। ਤਸਵੀਰਾਂ ਨੰਗਲ ਦੇ ਗੁਰਦੁਆਰਾ ਘਾਟ ਸਾਹਿਬ ਦੇ ਘਾਟ 'ਤੇ ਕੁਝ ਬੱਚੇ ਬਿਨਾਂ ਦੱਸੇ ਸਤਲੁਜ ਦਰਿਆ 'ਤੇ ਆ ਜਾਂਦੇ ਨੇ। ਇਹ ਬੱਚਾ ਇੱਕ 10ਵੀਂ ਦਾ ਅਤੇ ਦੂਜਾ 11ਵੀਂ ਦਾ ਵਿਦਿਆਰਥੀ ਸੀ, ਜੋ ਗਰਮੀ ਦੇ ਚੱਲਦੇ ਇੱਥੇ ਨਹਾਉਣ ਆ ਗਏ। ਇੱਕ ਨੂੰ ਬਚਾਉਂਦੇ ਸਮੇਂ ਦੂਜਾ ਵੀ ਪਾਣੀ ਦੇ ਵਿੱਚ ਡੁੱਬ ਗਿਆ। ਦੋਵਾਂ ਦੀ ਮੌਤ ਹੋਈ। ਗੋਤਾਖੋਰਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਮੌਕੇ 'ਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਅਰਦਾਸ ਕੀਤੀ ਗਈ ਕਿ ਬੱਚੇ ਸਹੀ ਸਲਾਮਤ ਬਾਹਰ ਆ ਜਾਣ। ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਕਿ ਉਹ ਕਿੱਥੇ ਨੇ, ਕਿੱਥੇ ਜਾਂਦੇ ਨੇ। ਅਕਸਰ ਹੀ ਇੱਥੇ ਬੱਚੇ ਘਰੋਂ ਬਿਨਾਂ ਦੱਸੇ ਆ ਜਾਂਦੇ ਨੇ। ਜਿਨ੍ਹਾਂ ਨੂੰ ਤੈਰਨਾ ਵੀ ਆਉਂਦਾ ਉਹ ਵੀ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦੇ ਨੇ। ਇਸ ਸਾਲ ਨਹੀਂ, ਪਹਿਲਾਂ ਵੀ ਹਰ ਸਾਲ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਘਰੋਂ ਬਿਨਾਂ ਦੱਸੇ ਬੱਚੇ ਇੱਥੇ ਆ ਜਾਂਦੇ ਨੇ, ਗਰਮੀ ਦੇ ਵਿੱਚ ਨਹਾਉਣ ਲੱਗ ਜਾਂਦੇ ਨੇ ਔਰ ਪਾਣੀ ਦੇ ਵਿੱਚ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਇੱਕ 10ਵੀਂ ਦੇ ਵਿੱਚ ਅਤੇ ਦੂਜਾ 11ਵੀਂ ਦੇ ਵਿੱਚ ਪੜ੍ਹਦਾ ਸੀ, ਜੋ ਇੱਥੇ ਨਹਾਉਣ ਆਏ ਸੀ, ਦੋਵਾਂ ਦੀ ਦਰਦਨਾਕ ਮੌਤ ਹੋਈ। ਗੋਤਾਖੋਰਾਂ ਦੇ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਗੁਰਦੁਆਰਾ ਨੰਗਲ ਦੇ ਗੁਰਦੁਆਰਾ ਘਾਟ ਸਾਹਿਬ ਦੇ ਘਾਟ 'ਤੇ ਕੁਝ ਬੱਚੇ ਬਿਨਾਂ ਦੱਸੇ ਇੱਥੇ ਸਤਲੁਜ ਦਰਿਆ 'ਤੇ ਗਰਮੀ ਦੇ ਚੱਲਦੇ ਨਹਾਉਣ ਦੇ ਲਈ ਆ ਜਾਂਦੇ ਨੇ ਔਰ ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬਣ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਛੁਪੜਾ ਸਾਹਿਬ ਇਸ ਵਕਤ ਕੀ ਕਹਿ ਸਕਦੇ ਹਾਂ ਜੀ? ਅਜੇ ਦੇਖਦੇ ਹਾਂ, ਆਸ ਕਰਦੇ ਹਾਂ ਕਿ ਬੱਚੇ ਸੁਰੱਖਿਅਤ ਹੋਣ, ਜਿਵੇਂ ਜਾਣਕਾਰੀ ਮਿਲੀ ਇੱਥੇ ਪਹੁੰਚੇ ਹਾਂ। ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ, ਆਸ ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ, ਬੱਚੇ ਪਰਮਾਤਮਾ ਦੀ ਦਾਤ ਹੁੰਦੀ ਹੈ, ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ, ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ 'ਚ ਨਹਾਉਣ ਜਾਂਦੇ ਹੈ ਅਤੇ ਹਰ ਸਾਲ ਬਾਅਦ 'ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਹਾਂ, ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੁਵਾਵਾਂ ਦੇ ਬੱਚੇ ਦੀ ਖਬਰ ਹੈ ਅਤੇ ਆਸ ਕਰਦੇ ਹਾਂ ਜੋ ਠੀਕ ਹੋਣ। ਜਿੱਦਾਂ ਪਹੁੰਚੇ ਸਾਰੇ ਡਰਾਈਵਰ, ਸਾਰੇ ਮੌਕੇ 'ਤੇ ਪ੍ਰਸ਼ਾਸਨ ਹੈ, ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਇਹ ਕਿਤੇ ਵੀ ਆਪਾਂ ਕਿਤੇ ਵੀ ਨਹਿਰ ਦੇ ਉੱਤੇ, ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਲ ਲਈ ਨਾ ਭੇਜੀਏ, ਬੇਨਤੀ ਹੈ। ਹਾਂਜੀ, ਮੈਂ ਮੌਕੇ 'ਤੇ ਆਇਆ ਹੈਗਾ। ਇੱਕ 10ਵੀਂ 'ਚ ਬੱਚਾ ਪੜ੍ਹਦਾ ਸੀ, ਇੱਕ 11ਵੀਂ ਦੇ ਵਿੱਚ, ਇੱਕ ਡੁੱਬ ਰਿਹਾ ਸੀ, ਦੂਸਰਾ ਉਹਨੂੰ ਬਚਾਉਣ ਵਾਸਤੇ ਉਹਨੂੰ ਛਾਲ ਮਾਰੀ, ਉਹ ਨਾਲ ਹੀ ਉਹ ਵੀ ਵਿੱਚ ਪਾਣੀ ਦੇ ਵਹਾਅ ਦੇ ਵਿੱਚ ਬਹਿ ਗਿਆ ਹੈਗਾ। ਕੋਸ਼ਿਸ਼ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਡੈੱਡ ਬੋਡੀ ਮਿਲ ਜਾਏ ਸਾਨੂੰ। ਹਾਂ, ਚੱਲ ਜਾਂਦੇ ਨਹਿਰਾਂ ਦੇ ਵਿੱਚ ਨਹਾਉਣ, ਚੱਲ ਜਾਂਦੇ ਹੈਗੇ ਆ ਦਰਿਆ ਦੇ ਵਿੱਚ ਨਹਾਉਣ, ਪਰ ਇਹ ਰੋਕਣਾ ਚਾਹੀਦਾ ਮਾਂ ਬਾਪ ਨੂੰ ਵੀ ਇਹ ਚੀਜ਼ਾਂ ਤੋਂ, ਵੀ ਗਰਮੀ ਦੇ ਵਿੱਚ ਜਿਹੜੇ ਬੱਚੇ ਇਹ ਚੀਜ਼ ਨਹਿਰਾਂ ਦੇ ਵਿੱਚ ਜਾਂ ਦਰਿਆ ਦੇ ਵਿੱਚ ਨਹਾਉਣ ਚੱਲ ਜਾਂਦੇ, ਇਹ ਬਿਲਕੁਲ ਹੀ ਗਲਤ ਗੱਲ ਹੈਗੀ ਆ ਜਿਹੜੀ। ਅਤੇ ਪਾਣੀ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੰਨੀ ਡੂੰਘਾਈ ਦੇ ਵਿੱਚ ਹੈਗਾ ਪਾਣੀ, ਅਤੇ ਇਹੀ ਗੱਲ ਇੱਥੇ ਹੋਈ ਹੈਗੀ ਆ।
ਸਰ ਇਹ ਪ੍ਰਵਾਸੀ ਹੈ ਕਿ ਜਾਂ ਲੋਕ ਦੇ ਪਏ ਆ? ਮੈਂ ਮੌਕੇ ਤੇ ਹਜੇ ਆਇਆ ਹੈਗਾ। ਮੇਰਾ ਮੁੰਡਾ ਥਾ ਸਵੇਰ ਦੇ ਸ਼ਟਰ ਲਾ ਰਹੇ ਛੁੱਟੀ ਹੋਈ ਤੇ ਮੇਰੇ ਦੁਕਾਨ ਪਰ ਮੇਰੇ ਨਾਲ ਰਹਿੰਦਾ ਤਾ ਵੈਲਡਿੰਗ ਦਾ ਕੰਮ ਤਾਂ ਆਪਣਾ ਛੁੱਟੀਆਂ 'ਚ ਮੇਰੇ ਨਾਲ ਮੇਰੇ ਕੋਲ ਆ ਰਿਹਾ ਕੰਮ ਨੂੰ, ਬਾਕੀ ਟਿਊਸ਼ਨ 'ਤੇ ਜਾਂਦਾ ਤਾ ਆਉਂਦਾ ਤਾ ਇੱਧਰ ਕਦੀ ਆਏ ਨਹੀਂ ਜ਼ਿੰਦਗੀ 'ਚ ਨਹਿਰ ਪਰ ਨਾ ਕਦੀ ਕੋਈ ਯਾਰ ਦੋਸਤ ਨਹੀਂ, ਬਸ ਭਰਾ ਦੇ ਮੁੰਡੇ ਦਾ ਯਾਰ ਦੋਸਤ ਆਇਆ ਹੁਣ ਉੱਥੇ ਅੱਡਾ ਉਹਨੂੰ ਦੇਖਣਗੇ, ਉਹਦੇ ਨਾਲ ਚੱਲ ਗਏ ਇਕੱਠੇ ਹੋ ਕੇ, ਉਸ ਤੋਂ ਇੱਧਰ ਉਹ ਇੱਧਰ ਆ ਗਏ। ਉਤਰਨਾ ਵੀ ਨਹੀਂ ਆਉਂਦਾ, ਗੱਲ ਤਾਂ ਉਤਰਨਾ ਆਉਂਦਾ ਤਾਂ ਬੰਦਾ ਵਿੱਚ ਬਸ ਗਏ ਆ ਥੱਲੇ ਕਰਦੇ ਰਹੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਘਾ, ਅੱਗੇ ਯਾਰ ਦੋਸਤ ਕਰਦੇ ਹੁਣ ਬਸ ਵਿੱਚ ਉੱਤਰ ਗਿਆ ਜਨ ਇੱਕ ਹੋਰ ਬੇਚਾਰਾ ਇੱਥੇ ਹੋਰ ਉਹਨੂੰ ਨਹਾਇਆ ਕਰਦੇ ਉਹ ਬਚਾਉਣ 'ਚ ਉਹ ਉੱਤਰ ਗਿਆ ਨਾਲ ਉਹਨੂੰ, ਉਹ ਗਏ ਫਿਰ ਦੋਨੇ ਗਏ ਨਾ ਉਹਦਾ ਕੋਈ ਯਾਰ ਦੋਸਤ ਨਾ ਕੁਛ ਨਹੀਂ, ਪੜ੍ਹਨਾ ਲਿਖਣਾ ਆਉਣਾ ਜਾਣਾ ਸਕੂਲ ਦੇ, ਬਾਕੀ ਕੰਮ ਦੁਕਾਨ ਪਰ ਮੇਰੇ ਨਾਲ। ਦਸਵੀਂ ਪੇਪਰ ਪਾਸ ਹੋ ਕੇ ਹਟਿਆ ਹੁਣ ਪਲੱਸ ਵਨ 'ਚ ਹਾਈ ਸਕੂਲ ਦਾ ਪਾਇਆ ਤਾ। ਬੱਚੇ ਤਿੰਨ ਦੇ ਹਿੱਥ ਆਏ ਵੀ ਮੇਰੇ ਸਕੇ ਭਰਾ ਦਾ ਮੁੰਡਾ ਬੜੇ ਦਾ ਗਬਲੇ ਦਾ, ਇੱਕ ਚਾਚੇ ਦਾ ਮੁੰਡਾ ਆਏ, ਇੱਕ ਉਹ ਥਾ, ਇੱਕ ਉਹ ਅਰਸ਼ ਆ ਗਿਆ ਨਾਲ। ਨਹਾਉਣਾ ਵੀ ਨਹੀਂ ਉਤਰਨਾ ਵੀ ਨਹੀਂ ਆਉਂਦਾ, ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ। ਇੱਥੇ ਖੁੱਲ੍ਹਾ ਘਾਟ ਆ, ਨਾ ਕੋਈ ਇੱਥੇ ਕੋਈ ਅਬਲ ਤਾਂ ਆਉਣਾ ਨਹੀਂ ਚਾਹੀਦਾ, ਖੁੱਲ੍ਹੇ ਦਰਿਆ ਆ ਗਿਆ ਇੱਥੇ ਤਾਂ ਆਉਣਾ ਨਹੀਂ ਚਾਹੀਦਾ ਨਹਾਉਣ, ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ। ਇਹ ਖੁੱਲ੍ਹਾ ਘਾਟ ਆ, ਜਾਂ ਤਾਂ ਇੱਥੇ ਜੰਗਲਾਂ ਰੇਲਿੰਗ 'ਚ ਬਣੀ ਉਹ ਤਾਂ ਬੰਦਾ ਅੰਦਰ ਪਿੰਜਰੇ 'ਚ ਥੋੜ੍ਹੀ ਸੇਫਟੀ ਹੁੰਦੀ ਹੈ, ਅਤੇ ਖੁੱਲ੍ਹਾ ਘਾਟ ਹੈ ਤਾਂ ਫਿਰ ਇਹ ਤਾਂ ਆਪੇ ਫਿਰ ਖਤਰੇ ਦੀ ਘੰਟੀ ਹੈ, ਮੌਤ ਨੂੰ ਦਾਵਤ ਹੈ ਜੀ। ਕੋਈ ਲੜਕਾ ਵੀ ਲੜਕੀ ਵੀ ਆ, ਪਰ ਇੱਕ ਲੜਕਾ ਦਾ ਜਿੰਮ ਜਾਂਦਾ, ਜਿੰਮ ਪਾਇਆ ਤਾਂ ਹੁਣ ਉਹਨੂੰ ਅਸੀਂ ਖੁਰਾਕ ਵੀ ਦਿੰਦੇ ਤੇ, ਕਦੀ ਨਹੀਂ ਉਹ ਨਿਕਲਦਾ ਹੀ ਨਹੀਂ ਆਉਂਦਾ ਹੀ ਨਹੀਂ ਕਦੀ, ਕੁਦਰਤੀ ਅਸੀਂ ਥੋੜ੍ਹੀ ਰੋਕਿਆ ਉਹਨੂੰ, ਕੁਦਰਤੀ ਉਹ ਆਉਂਦਾ ਹੀ ਨਹੀਂ ਕਿਸੇ ਨਾਲ, ਕੋਈ ਨਾ ਕੋਈ ਯਾਰ ਦੋਸਤ ਨਾ ਕੁਛ, ਬਸ ਮੇਰੇ ਨਾਲ ਦੁਕਾਨ 'ਤੇ ਆ ਜਾਣਾ, ਕੰਮ ਕਰ ਲੈਣਾ, ਪੜ੍ਹਨਾ ਲਿਖਣਾ ਆਪਣਾ, ਖੇਲਣਾ। ਸਰ ਇਹ ਜਿਹੜੀ ਘਟਨਾ ਹੈ ਬੜੀ ਦੁਖਦਾਇਕ ਹੈ, ਸਾਨੂੰ ਤਾਂ ਸੁਣ ਕੇ ਹੀ ਬੜਾ ਸ਼ੋਕ ਲੱਗਿਆ। ਇੱਥੇ ਮੌਕੇ 'ਤੇ ਅਸੀਂ ਪਹੁੰਚੇ ਹੈ, ਇਹ ਹਰ ਸਾਲ ਪ੍ਰੋਬਲਮ ਆਉਂਦੀ ਹੈ, ਕੁਛ ਨਾ ਕੁਛ ਬੱਚੇ ਆ ਜਾਂਦੇ ਇੱਥੇ ਅਣਗਹਿਲੀ ਕਰ ਬੈਠਦੇ ਹੈ, ਅਤੇ ਬਾਅਦ 'ਚੋਂ ਜਾ ਕੇ ਪੇਰੈਂਟਸ ਲਈ ਬੜਾ ਔਖਾ ਹੁੰਦਾ ਹੈ, ਜਿਹੜੇ ਇਹਨਾਂ ਦੇ ਮਾਂ ਬਾਪ ਹੈ ਉਹਨਾਂ ਵਾਸਤੇ ਬੜਾ ਹੀ ਦੁਖਦਾਇਕ ਖਬਰ ਹੈ। ਮੈਂ ਤਾਂ ਪਰਮਾਤਮਾ ਅੱਗੇ ਮਾਤਾ ਰਾਣੀ ਅੱਗੇ ਅਰਦਾਸ ਕਰਾਂਗਾ ਕਿ ਮਹਾਮਾਰੀ ਹੋ ਸਕਦਾ ਤਾਂ ਬੱਚਿਆਂ ਨੂੰ ਇੱਕ ਵਾਰੀ ਬਾਹਰ ਕੱਢ ਕੇ ਦੁਬਾਰਾ ਮਾਂ ਬਾਪ ਦੇ ਹਵਾਲੇ ਕਰ ਦਿਓ, ਕਿਉਂਕਿ ਮਾਂ ਬਾਪ ਲਈ ਤਾਂ ਇਹ ਬਹੁਤ ਜ਼ਿਆਦਾ ਦੁੱਖ ਵਾਲੀ ਘਟਨਾ ਹੈ ਜੀ। ਪਤਾ ਕਿਆ ਜੀ, ਮਾਂ ਬਾਪ ਦੇ ਤਾਂ ਜਿੰਨੇ ਮਰਜ਼ੀ ਬੱਚੇ ਹੋਣ ਦਿਲ ਦੇ ਟੁਕੜੇ ਹੀ ਹੁੰਦੇ, ਇਹਨਾਂ ਦਾ ਤਾਂ ਪਹਿਲਾਂ ਹੀ ਇੱਕੋ ਹੀ ਸੀਗਾ, ਮਤਲਬ ਇਹਨਾਂ ਲਈ ਤਾਂ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਇਹ। ਫਿਰ ਕਹਾਂਗਾ ਕਿ ਪਰਮਾਤਮਾ ਕਰੇ ਕਿ ਇਹਦਾ ਬੱਚਾ ਸੁੱਖ ਸਬੀਲੀ ਬਾਹਰ ਆ ਜਾਵੇ, ਟੀਮ ਲੱਗੀ ਹੋਈ ਹੈ, ਕਿਰਪਾ ਕਰੇ ਪਰਮਾਤਮਾ। ਔਰ ਮੇਰੀ ਅਪੀਲ ਵੀ ਹੈ ਸ਼ਹਿਰ ਵਾਸੀਆਂ ਦੇ ਸਾਰੇ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਵੀ ਕਿ ਮਾਂ ਬਾਪ ਤਾਂ ਤੁਹਾਨੂੰ ਕਹਿ ਹੀ ਸਕਦੇ, ਤੁਸੀਂ ਕਿਹੜੇ ਵੇਲੇ ਬਾਹਰ ਚਲ ਜਾਂਦੇ, ਆਪਣੀਆਂ ਮਰਜ਼ੀਆਂ ਕਰਦੇ ਹੋ, ਪਰ ਤੁਸੀਂ ਇਹ ਨਹੀਂ ਸੋਚਦੇ ਪਿੱਛੇ ਪਰਿਵਾਰ ਨਾਲ ਬਾਅਦ 'ਚ ਕੀ ਲੋੜਾ ਬੀਤਦਾ ਹੈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਕਿਰਪਾ ਕਰਕੇ ਗਰਮੀਆਂ ਦਿਨ ਹੈ, ਠੀਕ ਹੈ ਗਰਮੀ ਬਹੁਤ ਹੈ, ਪਰ ਇਹ ਬੜੇ ਸਮੁੰਦਰ ਨਾਲ ਸਤਲੁਜ ਦਰਿਆ ਨਾਲ ਪੰਗੇ ਨਾ ਲਓ, ਨਹਾਉਣਾ ਹੈ ਆਪਣੇ ਘਰ ਕਰਕੇ ਨਹਾ ਲਓ, ਕਿਤੇ ਸਵਿਮਿੰਗ ਪੂਲ ਉੱਥੇ ਚਲੇ ਜਾਓ, ਇਹ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ, ਧੰਨਵਾਦ। ਇਹ ਘਾਟ ਜਿਹੜੇ ਨੇ ਇੱਥੇ ਹਰ ਸਾਲ ਹੀ ਇੱਦਾਂ ਦੀ ਘਟਨਾਵਾਂ ਕੁਛ ਨਾ ਕੁਛ ਹੁੰਦੀਆਂ, ਉਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਵੀ ਜਿਹੜੇ ਲੋਕ ਹੈ ਉਹ ਫਿਰ ਵੀ ਸਬਕ ਨਹੀਂ ਲੈਂਦੇ। ਜਿਹੜੇ ਮੁੰਡੇ 15 ਸਾਲ ਤੋਂ 25 ਸਾਲ ਦੇ ਵਿੱਚ ਹੁੰਦੇ ਨੇ, ਗਰਮੀਆਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਦਿਲ ਠੰਡੇ ਪਾਣੀ 'ਚ ਨਹਾਉਣ ਨੂੰ ਕਰਦਾ ਹੈ,
ਉੱਪਰ ਹੀ ਪਾਣੀ ਦਾ ਫਲੋ ਜਿਹੜਾ ਗਾ ਡਾਊਨ ਸਟ੍ਰੀਮ ਬੜਾ ਫਾਸਟ ਹੁੰਦਾ, ਬੜਾ ਗਹਿਰਾ ਪਾਣੀ ਹੈ, ਇਹ ਨਹਾਉਣ ਦੀ ਕਾਬਲ ਇੱਕ ਆਟ ਇਹਨਾਂ ਚੀਜ਼ਾਂ ਦੇ ਕਾਬਲ ਨਹੀਂ ਹੈ, ਜਿਹਦੇ ਕਰਕੇ ਫਿਰ ਉਹ ਜਿਹੜੇ ਬੱਚੇ ਕਈ ਤੈਰਨਾ ਜਾਣਦੇ ਕਈ ਨਹੀਂ ਜਾਣਦੇ, ਈਵਨ ਤੈਰਨਾ ਜਾਣ ਵਾਲਾ ਵੀ ਬੱਚਾ ਇੱਥੇ ਜਿਹੜਾ ਡੁੱਬ ਸਕਦਾ ਹੈਗਾ। ਸੋ ਇਹ ਬੜੀ ਮੰਦਭਾਗੀ ਘਟਨਾ ਜਿਸ ਪਰਿਵਾਰ ਦਾ ਬੱਚਾ ਕੋਈ ਚਲਾ ਜਾਂਦਾ, ਹਾਂ ਉਹਦੇ ਵਾਸਤੇ ਬੜਾ ਦੁਖਦ ਹੈ, ਪਰ ਸਾਰੇ ਹਲਕੇ ਵਾਸਤੇ ਬੜੀ ਦੁਖਦ ਹੁੰਦੀ ਜਿੰਨੇ ਵੀ ਲੋਕ ਇੱਥੇ ਆਏ ਨੇ। ਪਰ ਵਾਰ ਵਾਰ ਅਪੀਲ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਇੱਦਾਂ ਦੇ ਫਲੋ ਵਿੱਚ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਨਹਾਉਣ ਤੋਂ ਰੋਕਣਾ ਚਾਹੀਦਾ ਤਾਂ ਜੋ ਇੱਦਾਂ ਦੀਆਂ ਘਟਨਾਵਾਂ ਨਾ ਹੋ ਸਕਣ। ਹਾਂ ਇਹ ਘਟਨਾ ਜਿਹੜੀ ਆ ਬੜੀ ਮੰਦਭਾਗੀ ਹੈ, ਸੋ ਬੜੀ ਸੰਵੇਦਨਸ਼ੀਲ ਗੱਲ ਆ।